ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਮਨਪ੍ਰਤਿੰਦਰ ਸ਼ਰਮਾ ਹਰ ਵਾਰ ਦੀ ਤਰ੍ਹਾਂ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪਹਿਲਾ ਸਵਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਦਾ ਜਿੰਨਾ ਪ੍ਰਚਾਰ ਹੋਣਾ ਸੀ ਉਹ ਹੋ ਚੁੱਕਾ ਹੈ ਹੁਣ ਇੰਤਜ਼ਾਰ ਸਿਰਫ ਵੋਟਾਂ ਪੈਣ ਦਾ ਉਸ ਰਾਜ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਵੋਟਾਂ ਨੂੰ ਲੈ ਕੇ ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਦੇਖੋ ਜਿਹੜਾ ਉੱਪਰਲਾ ਪ੍ਰਭਾਵ ਹੈ ਉਹ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਦੀ ਫੱਟੀ ਪੋਚੀ ਗਈ ਆ ਚਾਰ ਚਫੇਰੇ ਇੱਕ ਤਰਫਾ ਮਾਹੌਲ ਹੈ ਜੀ ਉਹ ਮਾਹੌਲ ਸਿਰਫ ਇਹ ਨਹੀਂ ਗਾ ਕਿ ਲੋਕਾਂ ਵਿੱਚ ਉੱਪਰੋਂ ਬਣਾਇਆ ਗਿਆ ਜਿੰਨੀਆਂ ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਵਾਸਤੇ ਖਾਸ ਪੰਨੇ ਆ ਉਹ ਸਾਰੇ ਬੀਜੇਪੀ ਵਾਲਿਆਂ ਨੇ ਪਹਿਲਾਂ ਬੁੱਕ ਕਰਾ ਲਿਆ ਜਿੰਨੇ ਲੋਕਲ ਚੈਨਲ ਨੇ ਉਹਨਾਂ ਦੇ ਉੱਤੇ ਇੱਕ ਇੱਕ ਮਿੰਟ ਬਾਅਦ ਐਡ ਉਹਨਾਂ ਦੀ ਚੱਲਦੀ ਹੈ ਕਦੇ ਕਿਸੇ ਦੀ ਕਦੇ ਕਿਸੇ ਦੀ ਕਦੇ ਕਿਸੇ ਦੀ ਜੀ ਕੁਝ ਐਡਾਂ ਇਹੋ ਜਿਹੀਆਂ ਜਿਹੜੀਆਂ ਚੋਣਾਂ ਮੌਕੇ ਜੇ ਚਲਾਈਆਂ ਜਾਣ ਤਾਂ ਖਰਚੇ 'ਚ ਜਮ੍ਹਾਂ ਹੋਣੀਆਂ ਖਰਚੇ 'ਚ ਜਮ੍ਹਾਂ ਕਰਨ ਤੋਂ ਬਚਣ ਵਾਸਤੇ ਐਡਾਂ ਬੀਜੇਪੀ ਨਾਲ ਸੰਬੰਧਿਤ ਨੇ ਪਰ ਸਥਾਨਕ ਸੰਸਥਾਵਾਂ ਤੋਂ ਇਸ ਤਰ੍ਹਾਂ ਕਿ ਫਲਾਣੇ ਕੰਮ ਕੀਤੇ ਜਾ ਰਹੇ ਜਿਹ 'ਚ ਫਲਾਣਾ ਵੀ ਸ਼ਾਮਿਲ ਹੈ ਬੜਾਵਾਂ ਪਾ ਕੇ ਵੀ 68 ਸੀਟਾਂ ਨੇ ਉਸ ਰਾਜ ਦੀਆਂ ਅਤੇ ਉਹਨਾਂ 68 ਦੇ ਵਿੱਚ ਬੀਜੇਪੀ ਦੇ 8-9 ਹੈਲੀਕਾਪਟਰ ਉੱਡਦੇ ਫਿਰਦੇ ਅਤੇ ਜਿਹੜਾ ਉੱਥੇ ਮੁੱਖ ਮੰਤਰੀ ਇਸ ਵੇਲੇ ਵੀਰਭੱਦਰ ਸਿੰਘ ਹੈ ਜੀ ਅੱਗੋਂ ਪਿੱਛੋਂ ਹੈਲੀਕਾਪਟਰਾਂ 'ਤੇ ਘੁੰਮਦਾ ਸੀ ਚੋਣਾਂ ਦੇ ਵਿੱਚ ਪਤਾ ਨਹੀਂ ਕੋਈ ਦਬਾਅ ਪਿਆ ਕਿ ਕੀ ਕਾਰਨ ਹੈ ਕਿਸੇ ਵੀ ਹੈਲੀਕਾਪਟਰ ਕੰਪਨੀ ਨੇ ਐਵੀਏਸ਼ਨ ਕੰਪਨੀ ਨੇ ਉਹਨੂੰ ਹੈਲੀਕਾਪਟਰ ਨਹੀਂ ਦਿੱਤਾ ਕਹਿੰਦੇ ਦੇਣ ਤੋਂ ਨਾਂਹ ਕਰ ਦਿੱਤੀ ਗਈ ਉਹ 83-84 ਸਾਲ ਦੀ ਉਮਰ 'ਚ ਬੁੜਾ ਕਾਰ ਦੇ ਉੱਤੇ ਸੜਕਾਂ 'ਤੇ ਧੱਕੇ ਖਾਂਦਾ ਫਿਰਦਾ ਅਤੇ ਐਡੀ ਲੰਮੀ ਚੌੜੀ ਸਟੇਟ ਜਿਹਦੇ ਵਿੱਚ ਪਹਾੜੀਆਂ ਚੜ੍ਹ ਜਾਓ ਉਤਰਾਓ ਚੜ੍ਹੋ ਉਤਰਾਓ ਸਪੀਡ ਵੀ ਬਹੁਤ ਨਹੀਂ ਫੜ ਸਕਦੀ ਜੀ ਇੰਨੇ ਨੂੰ ਕਾਰਾਂ 'ਤੇ ਗਾਉਣਾ 'ਤੇ ਬੜਾ ਔਖਾ ਹੁੰਦਾ ਉਗਾਉਂਦਾ ਪਿਆ ਦੂਸਰਾ ਇਹ ਆ ਕਿ ਕਾਂਗਰਸ ਪਾਰਟੀ ਦੀ ਇਸ ਵੇਲੇ ਮੁੱਖ ਲੜਾਈ ਗੁਜਰਾਤ ਵਿੱਚ ਆ ਰਾਹੁਲ ਗਾਂਧੀ ਅਤੇ ਉਹਦੀ ਸਾਰੀ ਟੀਮ ਕਾਹਦੀ ਆ ਰਾਹੁਲ ਗਾਂਧੀ ਆ ਦੋ ਤਿੰਨ ਜਣੇ ਦੂਸਰੇ ਜਿਹੜੇ ਜਾਂਦੇ ਆ ਉਹ ਵੱਖਰਾ ਜਲਸਾ ਨਹੀਂ ਕਰਨ ਜੋਗੇ ਜੇ ਵੱਖਰਾ ਜਲਸਾ ਕਰਨ ਵੀ ਤਾਂ ਉੱਥੇ ਕਰੀ ਜਾਂਦੇ ਰਾਹੁਲ ਜੀ ਨੇ ਇਹ ਕਿਹਾ ਹੈ ਅਤੇ ਲੋਕ ਹੱਸ ਪੈਂਦੇ ਰਾਹੁਲ ਜੀ ਨੇ ਕਿਹਾ ਹੋਊਗਾ ਰਾਹੁਲ ਜੀ ਨੇ ਪਹਿਲਾਂ ਤੁਸੀਂ ਆਖਿਆ ਹੋਣਾ ਕਿ ਰਾਹੁਲ ਜੀ ਆ ਕਹਿ ਦਿਓ ਹੁਣ ਤੁਸੀਂ ਰਾਹੁਲ ਜੀ ਦਾ ਨਾਂ ਲੈ ਕੇ ਕਹਿੰਦੇ ਹੋ ਜੀ ਇਹਦੇ ਬਾਵਜੂਦ ਗੁਜਰਾਤ ਵਿੱਚ ਪਹਿਲੀ ਵਾਰ ਆ ਕਿ ਰਾਹੁਲ ਗਾਂਧੀ ਗਿਆ ਤੋਂ ਥਾਂ ਥਾਂ ਦੇ ਉੱਤੇ ਇੰਨੇ ਇਕੱਠ ਹੋ ਰਹੇ ਆ ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਔਰ ਬੀਜੇਪੀ ਨਾਲੋਂ ਵੱਡੀਆਂ ਰੈਲੀਆਂ ਉਹਨਾਂ ਦੀਆਂ ਹੋ ਰਹੀਆਂ ਨੇ ਉਹਨਾਂ ਦਾ ਸਾਰਾ ਜ਼ੋਰ ਉੱਧਰ ਲੱਗਾ ਪਿਆ ਬੀਜੇਪੀ ਦੇ ਕੋਲ 4-5 ਵੱਡੇ ਸਟਾਰ ਕੰਪੇਨਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪਾਰਟੀ ਦਾ ਪ੍ਰਧਾਨ ਅਮਿਤ ਸ਼ਾਹ ਦੂਸਰਾ ਜੀ ਯੋਗੀ ਆਦਿੱਤਿਆਨਾਥ ਯੂਪੀ ਦਾ ਮੁੱਖ ਮੰਤਰੀ ਤੀਸਰਾ ਸਿਮਰਤੀ ਇਰਾਨੀ ਚੌਥੀ ਜਿਹਨੇ ਮੁੱਖ ਮੰਤਰੀ ਬਣਨਾ ਹਿਮਾਚਲ 'ਚ ਪ੍ਰੇਮ ਕੁਮਾਰ ਧੂਮਲ ਉਹ ਵੀ ਹੈ ਹੋਰ ਵੀ ਉਹਨਾਂ ਨੇ ਸਾਰੀ ਧਾੜ ਉੱਥੇ ਹਿਮਾਚਲ ਪ੍ਰਦੇਸ਼ 'ਚ ਲਾਈ ਪਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਜੀ ਕਾਂਗਰਸ ਪਾਰਟੀ ਨੇ ਇਹਨੂੰ ਇੱਕ ਕਿਸਮ ਦਾ ਫਤਵੇ ਨਾਲ ਟੰਗ ਦਿੱਤਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਬੁੱਢੇ ਬਾਰੇ ਬਿਟਰੇਕ ਕੀਤਾ ਇੱਕ ਕਿਸਮ ਦਾ ਇਹਨੂੰ ਇਕੱਲੇ ਨੂੰ ਹਾਲਾਤ ਦੇ ਵਹਿਣ 'ਚ ਡੁੱਬਣ ਵਾਸਤੇ ਛੱਡ ਦਿੱਤਾ ਜੀ ਹੁਣ ਜੇ ਰਾਹੁਲ ਗਾਂਧੀ ਇੱਥੇ ਆ ਜਾਵੇ ਤਾਂ ਫਿਰ ਗੁਜਰਾਤ ਜਾ ਕੇ ਆਖਣਾ ਦੇਖਿਆ ਪੱਲੇ ਕੱਖ ਨਹੀਂ ਰਾਹੁਲ ਗਾਂਧੀ ਇੱਥੋਂ ਡਰਦਾ ਭੱਜ ਗਿਆ ਕਹਿਣਾ ਹੀ ਕੁਛ ਵੀ ਕਿਹਾ ਜਾ ਸਕਦਾ ਜੀ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਉਹ ਇਹ ਕਿ ਵੀਰਭੱਦਰ ਸਿੰਘ ਬਦਨਾਮੀ ਉਹਨੇ ਕੀ ਬਹੁਤ ਖੱਟੀ ਆ ਭ੍ਰਿਸ਼ਟਾਚਾਰ ਉਹਨੇ ਕੀਤਾ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜਾ 3 ਕਰੋੜ ਦੇ ਸੇਬ ਇਹ ਆਖੇ ਕਿ ਮੈਂ ਪੰਜਾਬ 'ਚ ਜਾ ਕੇ ਵੇਚੇ ਆ ਅਤੇ ਵੇਚਣ ਵਾਸਤੇ ਕਹਿੰਦਾ ਟਰੱਕਾਂ 'ਤੇ ਭੇਜੇ ਆ ਅਤੇ ਟਰੱਕਾਂ ਦੇ ਨੰਬਰ ਚੈੱਕ ਕਰੋ ਅਤੇ ਉਹ ਸਕੂਟਰਾਂ 'ਤੇ 3-wheelers ਦੇ ਨਿਕਲਦੇ ਆ ਉਹ ਸਾਰੇ ਕੁਝ ਫਸਦਾ ਤਾਂ ਉਹ ਆਪ ਵੀ ਹੈਗਾ ਜੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਭ੍ਰਿਸ਼ਟਾਚਾਰ ਉਹਨੇ ਕੀਤਾ ਸਾਫ਼ ਦਿਸ ਰਿਹਾ ਦੂਸਰਾ ਪੱਖ ਵੀ ਹੈ ਹਿਮਾਚਲ ਦੇ ਲੋਕਾਂ 'ਚ ਕਿਤੇ ਨਾ ਕਿਤੇ ਗੱਲ ਜਾਂਦੀ ਹੋਊ ਵੀਰਭੱਦਰ ਸਿੰਘ ਦੇ ਖਿਲਾਫ਼ ਕਰਪਸ਼ਨ ਕੇਸ ਦੀ ਕਰਪਸ਼ਨ ਦੀ ਸਜ਼ਾ ਦੇਣੀ ਉਹ ਹੋਰ ਗੱਲ ਹੁੰਦੀ ਆ ਬੰਦੇ ਨੂੰ ਜ਼ਲੀਲ ਕਰਨਾ ਹੋਰ ਗੱਲ ਹੁੰਦੀ ਆ ਉਹਦੀ ਪੋਤੀ ਦਾ ਵਿਆਹ
ਵਿਆਹ ਤੋਂ ਲਾਵਾਂ ਤੋਂ 2 ਘੰਟੇ ਪਹਿਲਾਂ ਵੀ ਉਹਦੇ ਘਰ ਛਾਪਾ ਮਾਰਿਆ ਜਾ ਸਕਦਾ ਸੀ ਜੀ, ਲਾਵਾਂ ਤੋਂ 2 ਘੰਟੇ ਬਾਅਦ ਵੀ ਮਾਰਿਆ ਜਾ ਸਕਦਾ ਸੀ ਜੀ। ਗੱਡੀਆਂ 'ਚ ਬੈਠੇ ਰਹਿਣ ਸਰਕਾਰ ਦੀਆਂ ਏਜੰਸੀਆਂ ਵਾਲੇ, ਜਦੋਂ 3 ਲਾਵਾਂ ਹੋ ਜਾਣ ਅਤੇ ਬਾਕੀ ਦੀਆਂ ਰਹਿੰਦੀਆਂ ਹੋਣ ਅਤੇ ਅੰਦਰ ਜਾ ਵੜੋ ਜੀ, ਅਸੀਂ ਤਾਂ ਪਹਿਲਾਂ ਘਰ ਦੀ ਤਲਾਸ਼ੀ ਲੈਣੀ ਹੈ। ਇਹ ਬੰਦੇ ਨੂੰ ਜਲੀਲ ਕਰਨੀ, ਇਹ ਕੁਛ ਉੱਥੇ ਕੀਤਾ ਗਿਆ। ਇਹਦੇ ਤੋਂ ਸਾਫ਼ ਦਿਸਦਾ ਕਿ BJP ਵਾਲੇ ਵੀ ਇਸ ਵਾਰੀ ਉਸ ਬੰਦੇ ਨੂੰ ਜਲੀਲ ਕਰਨ ਵਾਲੇ ਪਾਸੇ ਤੁਰੇ ਹੋਏ ਆ। ਇਹ ਬਹੁਤ ਘਟੀਆ ਪੱਧਰ ਦੀ ਰਾਜਨੀਤੀ ਹੈ ਜਿਹੜੀ ਉੱਥੇ ਕੀਤੀ ਜਾ ਰਹੀ ਹੈ। ਇੱਥੇ ਤੱਕ ਜੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਬਾਰੇ ਵੀ ਆਖੀਏ ਤਾਂ ਉਹਦੇ ਭਾਸ਼ਣ ਪ੍ਰਧਾਨ ਮੰਤਰੀਆਂ ਵਾਲੇ ਭਾਸ਼ਣ ਨਹੀਂ ਗੇ। ਪ੍ਰਧਾਨ ਮੰਤਰੀਆਂ ਦੇ ਭਾਸ਼ਣਾਂ 'ਚ ਇੱਕ ਮਿਆਰ ਹੁੰਦਾ, ਇੱਕ ਪੱਧਰ ਹੁੰਦਾ, ਉਸ ਪੱਧਰ ਤੋਂ ਨਹੀਂ ਥੱਲੇ ਜਾਂਦੇ ਹੁੰਦੇ। ਇਹ ਉਸ ਪੱਧਰ ਤੋਂ ਬਹੁਤ ਪੌੜੀਆਂ ਥੱਲੇ ਉਤਰ ਗਿਆ। ਸਾਡਾ ਇੱਕ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ, 1952 ਦੀ ਪਹਿਲੀ ਚੋਣ ਦੇ ਵਿੱਚ ਉਹਦੇ ਮੁਕਾਬਲੇ 'ਤੇ, ਉਦੋਂ ਨਾ ਅਜੇ ਭਾਰਤੀ ਜਨਤਾ ਪਾਰਟੀ ਬਣੀ ਸੀ ਨਾ ਜਨਸੰਘ ਬਣੀ ਸੀ, ਹਿੰਦੂ ਮਹਾਂਸਭਾ ਹੁੰਦੀ ਸੀ ਜੀ। ਇਹਨਾਂ ਨੇ ਜਵਾਹਰ ਲਾਲ ਨਹਿਰੂ ਦੇ ਮੁਕਾਬਲੇ 'ਤੇ ਇੱਕ ਹਿੰਦੂ ਸੰਤ ਖੜਾ ਕਰਤਾ, ਜਿਹਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਮੇਰਾ ਨਹਿਰੂ ਨਾਲ ਕੀ ਮੁਕਾਬਲਾ, ਨਹਿਰੂ ਤਾਂ ਇੰਨਾ ਮਾੜਾ ਨਿਕਲਿਆ ਕਿ ਆਪਣੀ ਧੀ ਵੀ ਉਹਨੇ ਮੁਸਲਮਾਨਾਂ ਨੂੰ ਦੇ ਦਿੱਤੀ। ਹਾਲਾਂਕਿ ਫਿਰੋਜ਼ ਗਾਂਧੀ ਮੁਸਲਮਾਨ ਨਹੀਂ, ਪਾਰਸੀ ਸੀਗਾ ਜੀ। ਇਹ ਆਖਿਆ ਕਿ ਆਪਣੀ ਧੀ ਵੀ ਮੁਸਲਮਾਨਾਂ ਨੂੰ ਉਹਨੇ ਦੇ ਦਿੱਤੀ, ਨਹਿਰੂ ਕੋ ਬੰਦਾ, ਮੈਂ ਇਹਦੇ ਖਿਲਾਫ ਚੋਣ ਲੜਨੀ ਹੈ ਅਤੇ ਮੇਰਾ ਇਹ ਐਲਾਨ ਹੈ ਕਿ ਸਾਰੀ ਚੋਣ ਦੌਰਾਨ ਮੈਂ ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖੂੰਗਾ। ਅਤੇ ਪੱਤਰਕਾਰਾਂ ਦੇ ਸਾਹਮਣੇ ਮੂੰਹ 'ਤੇ ਪੱਟੀ ਬੰਨ੍ਹ ਲਈ ਅਤੇ ਗਲੀ ਗਲੀ ਤੁਰਨ ਲੱਗ ਪਿਆ ਹੱਥ ਜੋੜ ਕੇ। ਅਤੇ ਨਹਿਰੂ ਨੂੰ ਪਤਾ ਲੱਗਾ, ਉਹਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਸੰਤ ਜੀ ਤਾਂ ਕਹਿੰਦੇ ਆ ਕਿ ਮੂੰਹ 'ਤੇ ਪੱਟੀ ਬੰਨ੍ਹ ਲਈ ਹੈ ਅਤੇ ਮੈਂ ਬੋਲਣਾ ਨਹੀਂ। ਮੈਂ ਉਹਨਾਂ ਤੋਂ ਬਿਨਾਂ ਦੂਸਰੀ ਗੱਲ ਕਹਿੰਦਾ ਕਿ ਮੈਂ ਆਪਣੇ ਚੋਣ ਹਲਕੇ 'ਚ ਹੀ ਨਹੀਂ ਵੜੂੰਗਾ, ਹਲਕੇ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ, ਸੰਤ ਜੀ ਠੀਕ ਆ, ਮੈਂ ਠੀਕ ਹਾਂ ਜੀ, ਲੋਕਾਂ ਨੂੰ ਫੈਸਲਾ ਕਰਨ ਦਿਓ, ਹਿੰਦੂ ਮਹਾਂਸਭਾ ਠੀਕ ਆ ਕਿ ਕਾਂਗਰਸ ਠੀਕ ਆ। ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਹਲਕੇ ਵਿੱਚ ਹੀ ਨਹੀਂ ਵੜਿਆ, ਬਾਹਰ ਘੁੰਮਦਾ ਘੁੰਮਦਾ ਹੀ ਆਪਣੇ ਹਲਕੇ 'ਚੋਂ ਜਿੱਤ ਗਿਆ। ਜਿਹੜਾ ਉਹ ਸੰਤ ਖੜਾ ਕੀਤਾ ਗਿਆ ਸੀ, ਜ਼ਮਾਨਤ ਜ਼ਬਤ ਹੋ ਗਈ ਅਤੇ ਉਦੋਂ ਟੈਲੀਫੋਨ ਨਹੀਂ ਸੀ ਇੰਨੇ ਹੁੰਦੇ, ਕਿਤੇ 40-50 ਮੀਲਾਂ 'ਤੇ ਜਾ ਕੇ ਇੱਕ ਟੈਲੀਫੋਨ ਲੱਭਦਾ ਸੀ। ਉਹਨੇ ਡਾਕਖਾਨੇ 'ਚੋਂ ਜਾ ਕੇ ਟਿਕਟ ਕਰਨ ਵਾਲੀ ਟੈਲੀਗ੍ਰਾਮ ਦੇ ਕੇ ਜਵਾਹਰ ਲਾਲ ਨਹਿਰੂ ਨੂੰ ਆਖਿਆ ਸੀ, ਪੰਡਿਤ ਨਹਿਰੂ ਮੈਂ ਤੈਨੂੰ ਵਧਾਈ ਦਿੰਦਾ, ਤੇਰਾ ਸੈਕੂਲਰਿਜ਼ਮ ਜਿੱਤ ਗਿਆ। ਇੱਕ ਪੱਧਰ ਹੁੰਦਾ ਸੀ ਪ੍ਰਧਾਨ ਮੰਤਰੀਆਂ ਦਾ, ਸਾਡੇ ਹੁਣ ਵਾਲੇ ਪ੍ਰਧਾਨ ਮੰਤਰੀ ਨੇ ਪੱਧਰ ਨਹੀਂ ਕਾਇਮ ਰੱਖਿਆ। ਹਿਮਾਚਲ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਤਾਂ ਜ਼ਿਆਦਾ ਹੀ ਡੇਗ ਦਿੱਤਾ, ਇੱਥੋਂ ਤੱਕ ਨਹੀਂ ਸੀ ਜਾਣਾ ਚਾਹੀਦਾ, ਕੁਝ ਜ਼ਿਆਦਾ ਲੱਗਦਾ ਜੀ। ਪਰੰਤੂ ਸਾਹਿਬ, ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅਸੀਂ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵਿਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਪ੍ਰਾਈਮ ਏਸ਼ੀਆ TV ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ TV ਚੈਨਲ ਨੰਬਰ 160 ਐਂਡ 361, ਲਾਈਵ TV ਚੈਨਲ ਨੰਬਰ 225, ਕਰੂਜ਼ TV ਚੈਨਲ ਨੰਬਰ 111, ਸ਼ਾਵਾ TV ਚੈਨਲ ਨੰਬਰ 399। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ TV, ਸਮਾਰਟ TV, ਯੱਪ TV, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ। ਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਰੰਤੂ ਸਾਹਿਬ, ਭਾਰਤ ਸਰਕਾਰ ਦੇ ਵੱਲੋਂ ਪਿਛਲੇ ਸਾਲ ਕੀਤੀ ਗਈ ਨੋਟਬੰਦੀ ਨੂੰ 1 ਸਾਲ ਪੂਰਾ ਹੋ ਚੱਲਿਆ। ਇਸ ਮੌਕੇ ਤੇ ਭਾਰਤ ਸਰਕਾਰ ਹੈ ਕਾਮਯਾਬੀ ਦੇ ਖਾਤੇ ਗਿਣਵਾ ਰਹੀ ਹੈ, ਦੂਜੇ ਪਾਸੇ ਵਿਰੋਧੀ ਧਿਰ ਨੁਕਸ ਕੱਟ ਰਹੀ ਹੈ, ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਦੋਂ ਭਾਰਤ ਸਰਕਾਰ ਨੇ ਨੋਟਬੰਦੀ ਕੀਤੀ, ਮੰਤਰੀਆਂ ਨੂੰ ਵੀ ਪਤਾ ਨਹੀਂ ਸੀ। ਪ੍ਰਧਾਨ ਮੰਤਰੀ ਦਾ ਅਚਾਨਕ ਇੱਕ ਸੁਨੇਹਾ TV ਸਕਰੀਨਾਂ 'ਤੇ ਚਮਕਿਆ ਕਿ ਪ੍ਰਧਾਨ ਮੰਤਰੀ ਜੀ ਭਾਰਤ ਦੇ ਲੋਕਾਂ ਦੇ ਨਾਂ ਇੱਕ ਸੰਦੇਸ਼ ਜਾਰੀ ਕਰਨ ਲੱਗੇ ਜੀ। ਲੋਕ ਸਕਰੀਨਾਂ ਨਾਲ ਜੁੜ ਕੇ ਬਹਿ ਕੇ ਪਤਾ ਨਹੀਂ ਕੀ ਕਰਨ ਲੱਗੇ, ਅਤੇ ਪ੍ਰਧਾਨ ਮੰਤਰੀ ਸਾਹਿਬ ਨੇ ਤਕਰੀਰ ਕਰ ਦਿੱਤੀ ਕਿ ਜਿਹੜੇ 500 ਰੁਪਈਏ ਵਾਲੇ ਅਤੇ 1000 ਵਾਲੇ ਨੋਟ ਹੈ, ਇਹ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਕੂੜਾ ਬਣ ਜਾਣਗੇ। ਜਿਨ੍ਹਾਂ ਦੇ ਕੋਲ ਨੋਟ ਪਏ ਸੀ ਉਹ ਘਬਰਾ ਗਏ ਕਿ ਹੁਣ ਕੀ ਕਰ। ਕਈ ਤਾਂ ਉਸੇ ਵੇਲੇ ਗੱਡੀਆਂ ਲੈ ਕੇ ਭੱਜ ਉੱਠੇ ਕਿ ਜਿੰਨੇ ਕੇ ਨੋਟ ਹੈ, 200 ਦਾ ਤੇਲ ਇੱਕ ਥਾਂ ਤੋਂ ਪਾ, 200 ਦਾ ਇੱਕ ਥਾਂ, ਤਿੰਨਾਂ ਚੌਂ ਥਾਵਾਂ ਤੋਂ ਕਰਕੇ, ਅਤੇ ਜਿੰਨੇ ਨੋਟ ਇਹ 'ਚ ਵਰਤੇ ਜਾ ਸਕਦੇ ਉਹ ਵਰਤ ਲਓ। ਰੇਲਵੇ ਸਟੇਸ਼ਨਾਂ 'ਤੇ ਕਹਿਤਾ ਲੈ ਜਾਣੇ, ਲੋਕ ਲਾ ਕੇ ਰੇਲਵੇ ਸਟੇਸ਼ਨਾਂ 'ਤੇ ਲਾਈਨਾਂ ਲਾ ਲਈਆਂ ਜੀ। ਅਤੇ ਕੀਤਾ ਕਿ ਉਸੇ ਬੰਦੇ ਨੇ
एक स्टेशन तो जाके अपनी ते अपने परिवार दीयां 6 टिकटां बुक करातियां बॉम्बे दीयां ते 30 किलोमीटर मतलब फर्ज करो जे जलंधर तो कराइयां ते 30 किलोमीटर अगे जाके फगवाड़े तो फिर अपने परिवार दीयां इत्थों सीटां कलकत्ते दीयां बुक करातियां ते अगले दिन जाके सीटां कैंसल करा के ते उन्हां तों पैसे ले ले जदों रेलवे ने वापस करने फिर 100-100 वाले करने पैणे सी जदों दित्ते सी उदों 1000 वाले ते 500 वाले नोट देते जी सोने वालिया ने बहुत उहदे विच कमाई कीती जिन्हां दे कोल सोना पिया सी उहनां ने जिथों भी नोट मिले लै ले ते उस सोने नूं जिहड़ा 30,000 रुपये सी ਉਹ ਵੱਧਦਾ ਵੱਧਦਾ 40,000 50,000 80,000 1,00,000 ਰੁਪਏ ਤੋਲੇ ਤੱਕ ਵੀ ਚਲਾ ਗਿਆ ਹੁਣ ਤਾਂ ਸਾਰਿਆਂ ਦੀ ਪੜਤਾਲ ਹੁੰਦੀ ਪਈ ਜੀ ਬੈਂਕਾਂ 'ਚ ਇਹ ਕਹਿਤਾ ਕਿ ਹਫ਼ਤੇ ਦੇ ਵਿੱਚ 2,000 ਰੁਪਏ ਤੋਂ ਵੱਧ ਨਹੀਂ ਦੇਣੇ ਫਿਰ ਇਹ ਕਹਿਤਾ ਕਿ ਜੇ ਕੋਈ ਵੱਧ ਘੱਟ ਲੈਂਦਾ ਚਲੋ 10,000 ਕਰ ਦਿਓ ਮਹੀਨੇ ਦੇ ਇੱਦਾਂ ਦੇ ਇੱਕ ਇੱਕ ਦਿਨ 'ਚ 3-3, 4-4 ਸੁਨੇਹੇ ਬਦਲਦੇ ਰਹੇ ਜਿਹੜੀਆਂ ਸ਼ਰਤਾਂ ਸੀ ਉਹ ਬਦਲਦੀਆਂ ਰਹੀਆਂ ਰੂਲਸ ਬਦਲਦੇ ਰਹੇ ਜੀ ਬੈਂਕਾਂ ਵਾਲੇ ਵੀ ਕਨਫਿਊਜ਼ ਹੋ ਗਏ ਕਈ ਲੋਕ ਲਾਈਨਾਂ 'ਚ ਲੱਗੇ ਜਿਹੜੇ ਸੀ ਉਹ ਮਰੇ ਇੱਕ ਬੰਦਾ ਸਾਡੇ ਪੰਜਾਬ 'ਚ ਇਹੋ ਜਿਹਾ ਮਰਿਆ ਜਿਹਦੀ ਧੀ ਦਾ ਵਿਆਹ ਸੀ ਸਵੇਰੇ ਬਰਾਤ ਆਉਣੀ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਰਿਹਾ ਜਿਹੜੀ ਥਾਂ 'ਤੇ ਸਮਾਨ ਲੈਣ ਜਾਂਦਾ ਉਹ ਕਹਿੰਦੇ ਜੀ ਛੋਟੇ ਨੋਟ ਲਿਆਓ ਆਖੇ ਛੋਟੇ ਹੈ ਨਹੀਂ ਅਗਲੇ ਨਾਮ ਨਾਲ ਅਤੇ ਜਿਹੜੇ ਛੋਟੇ ਨੋਟ ਸੀ ਨਵੇਂ ਨੋਟ ਇੱਥੋਂ ਮਿਲਣ ਨਾ ਬੈਂਕ ਤੋਂ ਇੱਕ ਇਹੋ ਜਿਹਾ ਕੇਸ ਸੀ ਕਿ ਘਰ 'ਚ ਡੈਥ ਹੋਈ ਅਤੇ ਉਹਦੇ ਸੰਸਕਾਰ ਕਰਨ ਵਾਸਤੇ ਪੈਸੇ ਚਾਹੀਦੇ ਆ ਅਤੇ ਉਹਦੇ ਵਾਸਤੇ ਜਿਹੜਾ ਸਮਾਨ ਚਾਹੀਦਾ ਖੱਫਣ ਲਿਆਉਣਾ ਉਹਦੇ ਵਾਸਤੇ ਵੀ ਪੈਸੇ ਨਹੀਂ ਬਾਕੀ ਕੰਮਾਂ ਵਾਸਤੇ ਵੀ ਪੈਸੇ ਨਹੀਂ ਇੱਦਾਂ ਦੀਆਂ ਘਟਨਾਵਾਂ ਹੋਈਆਂ ਜੀ ਇੱਕ ਬੈਂਕ ਮੈਨੇਜਰ ਕੈਂਸਰ ਦਾ ਮਰੀਜ਼ ਸੀ ਅਤੇ ਡਿਊਟੀ 'ਤੇ ਆ ਕੇ ਇਸ ਕਰਕੇ ਬੈਠਾ ਕਿ ਲੋਕਾਂ ਦੀਆਂ ਲਾਈਨਾਂ ਲੰਮੀਆਂ ਨੇ ਅਤੇ ਕੁਝ ਮਦਦ ਕਰਦਿਆਂ ਖਿਜੇ ਪਏ ਲੋਕਾਂ ਨੇ ਸਰਕਾਰ ਦਾ ਗੁੱਸਾ ਉਹ 'ਤੇ ਕੱਢਤਾ ਉਹਨੂੰ ਕੁੱਟ ਕੱਢਿਆ ਉਹਨੂੰ ਹਸਪਤਾਲ ਲੈ ਗਏ ਜਾਨ ਤਾਂ ਉਹਦੀ ਬਚ ਗਈ ਪਰ ਉਹਦਾ ਤਾਂ ਕੋਈ ਕਸੂਰ ਨਹੀਂ ਨੋਟਬੰਦੀ ਉਹਨੇ ਨਹੀਂ ਸੀ ਕੀਤੀ ਜੀ ਸਰਕਾਰ ਕਹਿੰਦੀ ਆ ਕਿ ਨੋਟਬੰਦੀ ਦਾ ਗਰੀਬਾਂ ਨੂੰ ਫਾਇਦਾ ਹੋਇਆ 150 ਲੋਕ ਉਸ ਨੋਟਬੰਦੀ ਦੌਰਾਨ ਲਾਈਨਾਂ 'ਚ ਲੱਗੇ ਜਿਹੜੇ ਮਾਰੇ ਗਏ ਗਰੀਬਾਂ ਦਾ ਇੱਕ ਫਾਇਦਾ ਇਹ ਹੋ ਗਿਆ ਦੂਸਰਾ ਫਾਇਦਾ ਗਰੀਬਾਂ ਦਾ ਇਹ ਹੋ ਗਿਆ ਕਿ ਜਿਹੜੀਆਂ ਫੈਕਟਰੀਆਂ 'ਚ ਲੱਗੇ ਸਨ ਬਹੁਤੀਆਂ ਫੈਕਟਰੀਆਂ ਵਾਲੇ ਉਹਨਾਂ ਨੂੰ ਗ੍ਰੇਡਾਂ 'ਤੇ ਨਹੀਂ ਸੀ ਪਾਉਂਦੇ ਜੇ ਗ੍ਰੇਡਾਂ 'ਤੇ ਪਾਉਣ 'ਤੇ ਖਾਤੇ 'ਚ ਤਨਖਾਹ ਜਾਣੀ ਆ ਜੀ ਉਹਨਾਂ ਨੂੰ ਨਕਦੀ 'ਤੇ ਰੱਖਿਆ ਸੀ ਨਕਦੀ ਮਿਲੀ ਨਾ ਉਹ ਸ਼ਾਮ ਨੂੰ ਪੈਸੇ ਮੰਗਦੇ ਸੀ ਫੈਕਟਰੀ ਵਾਲਿਆਂ ਨੇ ਫੈਕਟਰੀ ਬੰਦ ਕਰ ਦਿੱਤੀ ਕੰਮ ਛੱਡ ਕੇ ਜੇ ਪੰਜਾਬ ਵਿੱਚ ਸੀ ਆ ਜਿਹੜੇ 4 ਪੈਸੇ ਸੀ ਲੈ ਕੇ ਯੂਪੀ ਬਿਹਾਰ ਨੂੰ ਮੁੜ ਕੇ ਆਏ ਨਹੀਂ ਨੌਕਰੀਆਂ ਉਹਨਾਂ ਦੀਆਂ ਹੋਈਆਂ ਕਾਰੋਬਾਰੀ ਲੋਕ ਆਪਣੀ ਥਾਂ 'ਤੇ ਫਸ ਗਏ ਜਿੱਥੇ ਪੈਸਾ ਗਿਆ ਸੀ ਉਹ ਕਹਿਣ ਸਾਡੇ ਕੋਲ ਹੈ ਨਹੀਂ ਜਿੱਥੇ ਦੇਣਾ ਸੀ ਉਹ ਮੰਗਣ ਅਤੇ ਇਹ ਕਹਿਣ ਸਾਡੇ ਕੋਲ ਹੈ ਨਹੀਂ ਆਵੇ ਤਾਂ ਦੇਈਏ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਆਖਿਆ ਕਿ ਅਸੀਂ ਕਾਲੇ ਧਨ ਨੂੰ ਨੱਥ ਪਾਉਣੇ ਹਾਂ ਨੱਥ ਇੰਨੀ ਪਾਈ ਕਿ ਕਹਿੰਦੇ ਸੀ 500 ਦੇ ਅਤੇ 1,000 ਵਾਲੇ ਨੋਟ 14.5 ਲੱਖ ਕਰੋੜ ਨੇ ਜਿਹੜੇ ਸਰਕੂਲੇਸ਼ਨ 'ਚ ਅਤੇ ਆਸ ਸੀ ਕਿ ਜੋ ਚੌਥਾ ਹਿੱਸਾ ਤਾਂ ਮੁੜਦੇ ਨਹੀਂ 75% ਮੁੜਨਗੇ ਸਾਰੀ ਯਾਨੀ 10 ਲੱਖ ਕਰੋੜ ਮੁੜਨਗੇ ਅਤੇ 3.5 ਲੱਖ ਕਰੋੜ ਨਹੀਂ ਮੁੜਨੇ ਉਹ ਸਰਕਾਰ ਦਾ ਫਾਇਦਾ ਹੋਜੂ ਜੀ ਹੋ ਗਿਆ ਕੰਮ ਉਲਟਾ ਕਿ 14.5 ਲੱਖ ਕਰੋੜ ਛਾਪੇ ਸੀ ਸਰਕੂਲੇਸ਼ਨ 'ਚ ਭੇਜੇ ਸੀ ਅਤੇ 14,90,000 ਕਰੋੜ ਜਮ੍ਹਾਂ ਹੋ ਗਏ ਇਹਦਾ ਮਤਲਬ 40,000 ਕਰੋੜ ਹੋਰ ਜਮ੍ਹਾਂ ਜਿਹੜੇ ਹੋ ਗਏ ਉਹ ਫਿਰ ਜਾਂ ਨਕਲੀ ਹੋਣਗੇ ਜਾਂ ਰਿਜ਼ਰਵ ਬੈਂਕ ਡਬਲ ਛਾਪਦੀ ਰਹੀ ਹੈ ਬਾਹਰ ਚੋਰ ਦਰਵਾਜ਼ੇ ਹੋ ਜਾਂਦੇ ਰਹੇ ਜੀ ਕੋਈ ਗੱਲ ਹੋਵੇਗੀ ਇਹਦੇ ਨਾਲ ਹੋਰ ਪੌੜਾ ਪੈ ਗਿਆ ਕਈ ਹੋਰ ਸਮੱਸਿਆਵਾਂ ਵੀ ਇਸ ਤਰ੍ਹਾਂ ਦੀਆਂ ਆਉਂਦੀਆਂ ਰਹੀਆਂ ਕਾਲੇ ਧਨ ਵਾਲੇ ਮਾਮਲੇ 'ਤੇ ਸਰਕਾਰ ਜਿਹੜਾ ਕਹਿੰਦੀ ਸੀ ਕਾਲੇ ਧਨ ਰੋਕ ਲਵਾਂਗੇ ਉਹ ਤਾਂ ਲੱਗ ਨਾ ਸਕੇ ਫਿਰ ਕਹਿਤਾ ਅੱਤਵਾਦ 'ਤੇ ਰੋਕ ਲਾਉਣੀ ਆ ਅਤੇ ਅੱਤਵਾਦੀਆਂ ਨੂੰ ਤਾਂ ਫੰਡਿੰਗ ਹੁੰਦੀ ਹੋਰ ਤਰੀਕਿਆਂ ਨਾਲ ਹੈ ਉਹ ਪਾਕਿਸਤਾਨ ਤੋਂ ਫਿਰ ਵੀ ਚੱਲਦੀ ਰਹੀ ਆ ਹੁਣ 2 ਮਹੀਨੇ ਪਹਿਲਾਂ ਜਦੋਂ ਹਵਾਲੇ ਵਾਲਿਆਂ ਨੂੰ ਨੱਥ ਪਾਈ ਆ ਅਤੇ ਉਹ ਫੰਡਿੰਗ ਫਿਰ ਰੁਕੀ ਆ ਜੰਮੂ ਕਸ਼ਮੀਰ ਫਿਰ ਕਹਿਤਾ ਕਿ ਸਾਰਾ ਕੁਝ ਡਿਜੀਟਲ ਕਰ ਦੇਣਾ ਜੀ ਕੈਸ਼ਲੈਸ ਸੁਸਾਇਟੀ ਅਸੀਂ ਚਲਾਉਣੀ ਆ ਕਿ ਜਿਹੜੇ ਪੇਪਰ ਦੇ ਨੋਟ ਹੈ ਇਹ ਨਹੀਂ ਚਲਾਇਆ ਕਰਨੇ ਲੋਕ ਆਪਣੀ ਜੇਬ 'ਚ ਕਾਰਡ ਰੱਖਣ ਜਿੱਥੇ ਜਾਣਾ ਕਾਰਡ ਹੁਣ ਉੱਥੇ ਜਿਹੜਾ ਰੇਹੜੀ ਵਾਲਾ ਹੈ ਉਹਦੇ ਕੋਲੋਂ ਸਬਜ਼ੀ ਲੈਣੀ ਅਤੇ ਉਹਦੇ ਕੋਲੋਂ ਕਾਰਡ ਤੁਸੀਂ ਥੋੜ੍ਹਾ ਦੇ ਸਕਦੇ ਹੋ ਉਹਦੇ ਕੋਲ ਮਸ਼ੀਨ ਹੀ ਹੈ ਨਹੀਂ ਜਿਹੜੀਆਂ ਦੁਕਾਨਾਂ ਦੇ ਉੱਤੇ ਮਸ਼ੀਨਾਂ ਰੱਖੀਆਂ ਜਾ ਸਕਦੀਆਂ ਉਹਨਾਂ ਨੇ ਆਖਿਆ ਜੀ ਅਸੀਂ ਮਸ਼ੀਨਾਂ ਮੰਗਦੇ ਹਾਂ ਅਤੇ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਕਹਿੰਦੀਆਂ ਅਜੇ ਖੜ੍ਹੇ ਪੈਰ ਸਾਡੇ ਕੋਲ ਐਡੀਆਂ ਮਸ਼ੀਨਾਂ ਹੀ ਇੰਨੀਆਂ ਦੇ ਦੇਈਏ ਸਪਲਾਈ ਰੁਕ ਗਈ ਆ ਜੀ
ਇਹ ਸਾਰੇ ਚੱਕਰ ਦੇ ਵਿੱਚ ਸਰਕਾਰ ਕਹਿੰਦੀ ਸੀ ਕਿ ਕੈਸ਼ਲੈਸ ਸੁਸਾਇਟੀ ਬਣਾਉਣੀ ਆ, ਹੋਇਆ ਕਿ ਸੁਸਾਇਟੀ ਬਣੀ ਜਾਂ ਨਹੀਂ ਬਣੀ, ਲੋਕ ਵਿਚਾਰੇ ਕੈਸ਼ਲੈਸ ਹੋ ਗਏ, ਫਿਰ ਕੈਸ਼ਲੈਸ ਤੋਂ ਆਖਿਆ ਲੈਸ ਕੈਸ਼ ਕਰਨਾ, ਬੜੀ ਕਿਸਮ ਦੇ ਇੱਦਾਂ ਦੇ ਚੱਕਰ ਚਲਾਏ ਗਏ ਜਿਹਦੇ ਨਾਲ ਭਾਰਤ ਸਰਕਾਰ ਇਹ ਕਹਿੰਦੀ, ਖਾਸ ਤੌਰ 'ਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਕਾਲੇ ਧਨ ਵਾਲਿਆਂ ਨੂੰ ਨੱਥ ਪੈ ਗਈ ਅਤੇ ਗਰੀਬ ਆਦਮੀ ਖੁਸ਼ ਹੈ। ਜਿਹੜੇ ਗਰੀਬ ਆਦਮੀ ਉਹ ਖੁਸ਼ ਦੱਸਦੇ ਨੇ, ਉਹਨਾਂ ਦੇ ਕੋਲ ਪ੍ਰਧਾਨ ਮੰਤਰੀ ਗਿਆ ਕਿੱਦਣ ਸੀ, ਖਜ਼ਾਨਾ ਮੰਤਰੀ ਗਿਆ ਕਿੱਦਣ ਸੀ ਜੀ, ਉਹ ਆਪਣੇ ਦਫ਼ਤਰ ਵਿੱਚ ਬੈਠੇ ਚਾਰ ਬੰਦਿਆਂ ਨਾਲ ਗੱਲ ਕਰ ਲੈਣ ਅਤੇ ਕਹੋ ਜੀ ਲੋਕ ਆ ਕਹਿੰਦੇ ਆ, ਉਹਨਾਂ ਦੇ ਦਫ਼ਤਰ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਸਮੱਸਿਆ ਨਹੀਂ, ਸਮੱਸਿਆ ਥੱਲੇ ਵਾਲਿਆਂ ਨੂੰ। ਔਰ ਇਹ ਵੀ ਹੈ ਕਿ ਸਰਕਾਰ ਦੇ ਨੇੜੇ ਵਾਲੇ ਜਿਹੜੇ ਸੀ ਉਹਨਾਂ ਨੇ ਇਸ ਦੌਰ ਦੇ ਵਿੱਚ ਵੀ ਬਲੈਕ ਮਨੀ ਇੱਧਰ ਉੱਧਰ ਕਰ ਲਈ, ਜਿਹੜੀ ਬਲੈਕ ਮਨੀ ਇੱਧਰ ਉੱਧਰ ਹੋਈ ਸਭ ਤੋਂ ਜ਼ਿਆਦਾ ਫੜੀ ਗਈ ਉਹ ਗੁਜਰਾਤ ਦੇ ਵਿੱਚ ਇੱਕ ਕੋਆਪਰੇਟਿਵ ਬੈਂਕ ਦੇ ਰਾਹੀਂ ਹੋਈ ਗਈ, ਅਤੇ ਉਸ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਜਿਹੜਾ ਗੁਜਰਾਤੀ ਹੈ ਉਹਨੂੰ ਸਾਰੇ ਦੇਸ਼ ਦੀਆਂ ਕੋਆਪਰੇਟਿਵ ਬੈਂਕਾਂ ਦੀ ਐਸੋਸੀਏਸ਼ਨ ਦਾ ਚੇਅਰਮੈਨ ਮੋਦੀ ਸਾਹਿਬ ਨੇ ਆਪ ਬਣਾਇਆ। ਫਿਰ ਲੋਕਾਂ ਨੂੰ ਫਾਇਦਾ ਕਿਹਦਾ ਹੋਇਆ, ਸਿਰਫ ਇਹ ਆ ਕਿ ਵਾਹਣੀ ਪਾ ਛੱਡੇ, ਭਜਾ ਛੱਡੇ, ਇਹੋ ਵਿਖਾਈ ਗਏ ਕਿ ਆਹ ਤੁਰੇ ਚਲੋ, ਉਹ ਜਿੱਦਾਂ ਹਿਰਨ ਭੱਜਾ ਜਾਂਦਾ ਮਾਰੂਥਲ 'ਚ ਉਹ ਸਾਹਮਣੇ ਪਾਣੀ ਦਿਸਦਾ, ਉੱਥੇ ਜਾਂਦਾ ਬਹਿੰਦਾ ਇਹ ਤਾਂ ਰੇਤ ਚਮਕਦੀ ਸੀ ਅੱਗੇ ਪਾਣੀ ਦਿਸਦਾ, ਫਿਰ ਭੱਜਦਾ ਅੱਗੇ, ਫਿਰ ਰੇਤ ਚਮਕਦੀ ਸੀ ਅੱਗੇ ਭੱਜਦਾ, ਲੋਕਾਂ ਨੂੰ ਭਜਾ ਭਜਾ ਕੇ ਮਾਰਤਾ, ਪੱਲੇ ਕੁਛ ਨਹੀਂ ਪਿਆ। ਸਰਕਾਰ ਕਹਿੰਦੀ ਹੈ ਕਿ ਬਹੁਤ ਫਾਇਦਾ ਹੋਇਆ, ਫਾਇਦਾ ਸਰਕਾਰ ਨੂੰ ਦੱਸਣਾ ਪਏਗਾ, ਲੋਕਾਂ ਦੇ ਪੱਲੇ ਨਹੀਂ ਪੈ ਰਿਹਾ ਜੀ। ਪੰਨੂ ਸਾਹਿਬ, ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਰੁਕਣਾ ਪਏਗਾ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵਕਤ ਤੋਂ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟ ਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ, ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ, ਤੇ ਸਭ ਤੋਂ ਜ਼ਰੂਰੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਦਿੱਲੀ ਦੀ ਸਰਕਾਰ ਨੇ ਆਪਣਾ ਕੇਸ ਲੜਨ ਦੇ ਲਈ ਕਾਂਗਰਸ ਆਗੂ ਚਿਦੰਬਰਮ ਨੂੰ ਆਪਣਾ ਵਕੀਲ ਚੁਣਿਆ, ਇਸ ਗੱਲ ਤੋਂ ਚਰਚਾ ਛਿੜ ਚੁੱਕੀ ਹੈ। ਵਕੀਲ ਤਾਂ ਪੰਨੂ ਸਾਹਿਬ ਵਕੀਲ ਹੁੰਦਾ, ਇਸ ਪਿੱਛੇ ਚਰਚਾ ਕਰਨ ਦਾ ਕੀ ਵਿਸ਼ਾ ਹੈ? ਕੇਜਰੀਵਾਲ ਜਦੋਂ ਅਜੇ ਮੁੱਖ ਮੰਤਰੀ ਨਹੀਂ ਸੀ ਬਣਿਆ ਉਦੋਂ ਸ਼ਾਇਦ ਇਹਨੂੰ ਇਹ ਯਕੀਨ ਨਹੀਂ ਸੀ ਕਿ ਅਸੀਂ ਕਦੇ ਜਿੱਤ ਵੀ ਸਕਦੇ ਹਾਂ। ਹਾਲਾਂਕਿ ਇਹਦੇ ਜਲਸਿਆਂ ਦੇ ਵਿੱਚ ਹਮ ਹੋਵਾਂਗੇ ਕਾਮਯਾਬ ਬੜੇ ਗੀਤ ਚੱਲਦੇ ਸਨ, ਪਰ ਉਹਨੂੰ ਯਕੀਨ ਨਹੀਂ ਸੀ ਜੀ। ਜੇ ਯਕੀਨ ਹੁੰਦਾ ਤਾਂ ਢਾਈ ਘਰ ਡੈਣ ਵੀ ਛੱਡ ਲੈਂਦੀ ਆ। ਇਹ ਡੈਣ ਤਾਂ ਨਹੀਂ ਸੀ, ਇਹ ਸਾਊ ਬੰਦਾ ਸੀ, ਸ਼ਰੀਫ ਸੀ, ਭ੍ਰਿਸ਼ਟਾਚਾਰ ਦੇ ਖਿਲਾਫ ਸੀ, ਇਮਾਨਦਾਰ ਸੀ, ਇਹ ਥੋੜ੍ਹਾ ਸੰਭਲ ਕੇ ਚੱਲ ਸਕਦਾ ਸੀ। ਇਹਨੇ ਉਸ ਦੌਰ ਦੇ ਵਿੱਚ ਜਿਹੜਾ ਵੀ ਸਾਹਮਣੇ ਆਇਆ ਹਰ ਇੱਕ ਦੇ ਖਿਲਾਫ ਹੀ ਬੋਲਿਆ। ਉਸ ਦੌਰ 'ਚ ਬੋਲਦਿਆਂ ਬੋਲਦਿਆਂ ਇਹਨੇ BJP ਦਾ ਪ੍ਰਧਾਨ ਸੀ ਨਿਤਿਨ ਗਡਕਰੀ, ਉਹਦੇ ਪਰਿਵਾਰ ਦਾ ਵੀ ਜਲੂਸ ਪੂਰਾ ਕੱਢਤਾ, ਅਰੁਣ ਜੇਤਲੀ ਦਾ ਵੀ ਕੱਢਤਾ। ਅਰੁਣ ਜੇਤਲੀ ਨੇ ਤਾਂ ਕੇਸ ਕਰ ਦਿੱਤਾ ਅਤੇ ਕੇਸ ਚੱਲਦਾ ਪਿਆ, ਬਾਕੀਆਂ ਨੇ ਕੇਸ ਨਹੀਂ ਕੀਤੇ। ਉਸ ਦੌਰ ਦੇ ਵਿੱਚ ਕਾਮਨਵੈਲਥ ਖੇਡਾਂ ਤੋਂ ਲੈ ਕੇ ਅਤੇ ਕਈ ਹੋਰ ਮੁੱਦੇ ਨਾਲ ਜੋੜ ਕੇ ਅਰਵਿੰਦ ਕੇਜਰੀਵਾਲ ਨੇ ਇੱਕ ਦਿਨ 10-12 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਕਿ ਹਿੰਦੁਸਤਾਨ ਦੀ ਰਾਜਨੀਤੀ 'ਚ ਮੋਸਟ ਕਰਪਟ ਟਾਪ 10 ਹੈ। ਉਹਨਾਂ ਦੇ ਵਿੱਚ ਭਾਰਤ ਦੇ ਖਜ਼ਾਨਾ ਮੰਤਰੀ ਪੀ ਚਿਦੰਬਰਮ ਦਾ ਨਾਮ ਹੀ ਲਿਖਤਾ, ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਜੀ। ਫਿਰ ਇਹ ਦੱਸਿਆ ਕਿ ਚਿਦੰਬਰਮ ਆਹ ਕਰਦਾ, ਇਹਦਾ ਪੁੱਤਰ ਆਹ ਕਰਦਾ, ਵਿੱਚੋਂ ਇਸ਼ਾਰੇ ਚਿਦੰਬਰਮ ਦੀ ਪਤਨੀ ਤੱਕ ਵੀ ਜਾਂਦੇ ਸਨ ਕਿਉਂਕਿ ਉਹ ਇਨਕਮ ਟੈਕਸ ਦੀ ਵਕੀਲ ਆ। ਇਹ ਵੀ ਰੌਲਾ ਪੈਂਦਾ ਸੀ ਕਿ ਇਨਕਮ ਟੈਕਸ ਡਿਪਾਰਟਮੈਂਟ ਕਿਉਂਕਿ ਖਜ਼ਾਨਾ ਮੰਤਰੀ ਦੇ ਥੱਲੇ ਹੁੰਦਾ, ਪਤੀ ਖਜ਼ਾਨਾ ਮੰਤਰੀ ਆ, ਪਤਨੀ ਇਨਕਮ ਟੈਕਸ ਦੀ ਵਕੀਲ ਹੈ, ਅਤੇ ਜਦੋਂ ਉਹਨਾਂ ਹੀ ਅਫਸਰਾਂ ਕੋਲ ਜਾ ਕੇ ਪੇਸ਼ ਹੁੰਦੀ ਆ ਅਤੇ ਉਹਨਾਂ ਨੂੰ ਪਤਾ ਸਾਡੇ ਮੰਤਰੀ ਜੀ ਦੀ ਘਰਵਾਲੀ ਆ, ਅਤੇ ਅੱਧਾ ਕੇਸ ਤਾਂ ਉਦੋਂ ਹੀ ਉਹਦੇ ਹੱਕ 'ਚ ਹੋ ਜਾਂਦਾ। ਇਹਨੇ ਉਦੋਂ ਪੂਰਾ ਜ਼ੋਰ ਲਾ ਕੇ ਅਤੇ ਚਿਦੰਬਰਮ ਨੂੰ ਮੋਸਟ ਕਰਪਟ ਲੀਡਰ ਸਾਬਤ ਕਰਨ ਦਾ ਯਤਨ ਕੀਤਾ ਸੀ। ਹੁਣ ਇਹਦਾ ਆਪਣਾ ਕੇਸ ਚੱਲਦਾ ਪਿਆ, ਕੇਸ ਹੈ ਦਿੱਲੀ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਦੇ ਕਿੰਨੇ ਅਧਿਕਾਰ ਆ ਅਤੇ ਲੈਫਟੀਨੈਂਟ ਗਵਰਨਰ ਦੇ ਕਿੰਨੇ ਅਧਿਕਾਰ ਆ
ਦੋ ਥਾਵਾਂ ਤੋਂ ਇਹ ਸੱਟ ਖਾ ਚੁੱਕਾ। ਅੱਗੋਂ ਹੁਣ ਸੁਪਰੀਮ ਕੋਰਟ 'ਚ ਕੇਸ ਅਜੇ ਚੱਲਦਾ ਪਿਆ ਜੀ, ਇਹਨੂੰ ਕਿਸੇ ਨੇ ਕੰਨ 'ਚ ਫੂਕ ਮਾਰ ਦਿੱਤੀ ਕਿ ਪੀ ਚਿਦੰਬਰਮ ਬਹੁਤ ਵਧੀਆ ਵਕੀਲ ਆ, ਤੇਰਾ ਕੇਸ ਉਹ ਲੜ ਸਕਦਾ। ਉਹ ਦੋ ਵਾਰੀ ਹੋਮ ਮਿਨਿਸਟਰ ਵੀ ਰਹਿ ਚੁੱਕਾ, ਉਹਨੂੰ ਸਾਰੇ ਨੁਕਤਿਆਂ ਦਾ ਵੀ ਪਤਾ ਜੀ, ਇਹ ਵੀ ਪਤਾ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀਆਂ ਪਾਵਰਾਂ ਕੀ ਹੁੰਦੀਆਂ ਨੇ। ਇਹਨੇ ਉਹਨੂੰ ਆਪਣਾ ਵਕੀਲ ਕਰ ਲਿਆ। ਹੁਣ ਨਾ ਤਾਂ ਇਹਨੂੰ ਇਸ ਗੱਲ ਦਾ ਚੇਤਾ ਰਿਹਾ ਕਿ ਮੈਂ ਉਹਦਾ ਕਿੰਨਾ ਜਲੂਸ ਕੱਢਦਾ ਰਿਹਾ, ਉਹਨੂੰ ਮੋਸਟ ਕਰਪਟ ਕਹਿੰਦਾ ਰਿਹਾ, ਅਤੇ ਨਾ ਉਹਨੂੰ ਇਸ ਗੱਲ ਦੀ ਸ਼ਰਮ ਰਹੀ ਕਿ ਕੇਜਰੀਵਾਲ ਮੇਰੇ ਕੀੜੇ ਕੱਢਦਾ ਸੀ। ਉਹ ਜਾ ਕੇ ਅਤੇ ਉਹ ਇਹਦਾ ਵਕੀਲ ਬਣ ਗਿਆ, ਅਤੇ ਲੋਕ ਗੱਲਾਂ ਤਾਂ ਕਰਨਗੇ। ਮਾਫ ਕਰਨਾ, ਗੱਲਾਂ ਉਦੋਂ ਵੀ ਹੋਈਆਂ ਸੀ ਜਦੋਂ ਬੀਜੇਪੀ ਦੇ ਲੀਡਰ ਅਰੁਣ ਜੇਤਲੀ ਨੇ ਬੀਜੇਪੀ ਦੀਆਂ ਦੋ ਸਰਕਾਰਾਂ ਦੇ ਖਿਲਾਫ ਵਕੀਲ ਦੇ ਤੌਰ 'ਤੇ ਕੇਸ ਲੜੇ ਸਨ ਜੀ। ਉਹ ਕਹਿੰਦੇ ਸੀ ਆਪਣੀ ਪਾਰਟੀ ਦੀਆਂ ਸਰਕਾਰਾਂ ਦੇ ਖਿਲਾਫ ਇਹ ਬੰਦਾ ਕੇਸ ਲੜਦਾ ਪਿਆ। ਰੌਲਾ ਉਦੋਂ ਵੀ ਪਿਆ ਸੀ, ਰੌਲਾ ਉਦੋਂ ਵੀ ਪਿਆ ਸੀ ਜਦੋਂ ਕਾਂਗਰਸ ਦੇ ਲੀਡਰ ਕਪਿਲ ਸਿੱਬਲ ਨੇ ਆਪਣੀਆਂ ਕਾਂਗਰਸੀ ਸਰਕਾਰਾਂ ਦੇ ਖਿਲਾਫ ਦੂਸਰੀਆਂ ਪਾਰਟੀਆਂ ਵਾਲੇ ਬੰਦਿਆਂ ਦੇ ਕੇਸ ਲੜੇ ਸਨ। ਉਹ ਸਾਰੇ ਅਪੋਜ ਕਰਨ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਾਂਗਰਸੀ ਹੋਵੇ, ਬੀਜੇਪੀ ਵਾਲਾ ਹੋਵੇ, ਦੂਜਾ ਤੀਜਾ ਹੋਵੇ, ਉਹ ਕਹਿੰਦੇ ਇੱਦਾਂ ਦੇ ਹੀ ਹੁੰਦੇ ਆ। ਪਰ ਕੇਜਰੀਵਾਲ ਕਿਉਂਕਿ ਕਹਿੰਦਾ ਅਸੀਂ ਵੱਖਰੇ ਨਿਆਰੇ ਲੋਕ ਹੈ, ਇਹਦੀ ਰਾਜਨੀਤੀ ਬਾਕੀਆਂ ਤੋਂ ਵੱਖਰੀ ਆ, ਫਿਰ ਲੋਕ ਇਹ ਕਹਿੰਦੇ ਆ ਕਿ ਜੇ ਚਿਦੰਬਰਮ ਤੈਨੂੰ ਸਾਰੇ ਹਿੰਦੁਸਤਾਨ 'ਚੋਂ ਇੱਕ ਇਮਾਨਦਾਰ ਵਕੀਲ ਵਧੀਆ ਲੱਭਾ ਜਿਹਨੂੰ ਤੂੰ ਆਪ ਮੋਸਟ ਕਰਪਟ ਕਹਿੰਦਾ ਸਾਂ, ਅਤੇ ਫਿਰ ਅਗਲੀ ਵਾਰੀ ਲੜਨਾ ਕਿਹਦੇ ਖਿਲਾਫ ਹੀ, ਫਿਰ ਤਾਂ ਸਮਝੌਤਾ ਹੀ ਕਰ ਲਓ ਤਾਂ ਬਿਹਤਰ ਹੈ। ਚਰਚਾ ਇਸ ਕਰਕੇ ਛੁੜੀ ਜੀ। ਪੂਰਨ ਸਾਹਿਬ, ਮੋਦੀ ਸਰਕਾਰ ਬਾਰੇ ਸ਼ਤਰੂਘਨ ਸਿਨਹਾ ਨੇ ਕਿਹਾ ਹੈ ਕਿ ਇਹ ਵਨ ਮੈਨ ਸ਼ੋ ਹੈ ਅਤੇ ਭਾਜਪਾ ਨੂੰ ਦੋ ਫੌਜੀਆਂ ਵਾਲੀ ਆਰਮੀ ਕਹਿ ਦਿੱਤਾ ਹੈ। ਸ਼ਤਰੂਘਨ ਦੇ ਇਸ ਤਰ੍ਹਾਂ ਦੇ ਸ਼ਬਦਾਂ ਦੇ ਪ੍ਰਗਟਾਵੇ ਨੂੰ ਤੁਸੀਂ ਕਿਸ ਤਰ੍ਹਾਂ ਵੇਖੋਗੇ? ਸ਼ਤਰੂਘਨ ਸਿਨਹਾ ਕਿਸੇ ਵਕਤ ਫਿਲਮਾਂ ਦੇ ਵਿੱਚ ਸ਼ਾਟਗਨ ਗਿਣਿਆ ਜਾਂਦਾ ਸੀ। ਉਹ ਰਾਜਨੀਤੀ 'ਚ ਆਇਆ, ਬੜੇ ਧੜੱਲੇ ਨਾਲ ਆਇਆ, ਅਤੇ ਵਾਜਪੇਈ ਸਾਹਿਬ ਨੇ ਉਹਨੂੰ ਅਤੇ ਵਿਨੋਦ ਖੰਨੇ ਨੂੰ ਇਕੱਠਿਆਂ ਲਿਆਂਦਾ ਸੀ, ਮੰਤਰੀ ਵੀ ਬਣਾ ਦਿੱਤਾ, ਬਹੁਤ ਚੁੱਕਿਆ ਸੀ ਜੀ। ਫਿਰ ਉਹੋ ਹੀ ਬੰਦਾ ਸੀ ਜਿਹੜਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਵਕਾਲਤ ਵੀ ਕਰਦਾ ਰਿਹਾ, ਅਤੇ ਜਦੋਂ ਮੋਦੀ ਸਾਹਿਬ ਥੋੜ੍ਹਾ ਜਿਹਾ ਉੱਪਰ ਉੱਭਰੇ ਅਤੇ ਆਮ ਪ੍ਰਭਾਵ ਹੈ ਕਿ ਜਿਹੜੇ ਵਾਜਪੇਈ ਭਗਤ ਸੀ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਪਿੱਛੇ ਧੱਕਣਾ ਸ਼ੁਰੂ ਕਰਤਾ, ਉਸੇ ਚੱਕਰ 'ਚ ਸ਼ਤਰੂਘਨ ਸਿਨਹਾ ਨੂੰ ਵੀ ਪਿੱਛੇ ਧੱਕ ਦਿੱਤਾ ਗਿਆ। ਉਹਨੇ ਤਾਂ ਇਤਰਾਜ਼ ਕੀਤੇ, ਅਤੇ ਇਤਰਾਜ਼ਾਂ ਦਾ ਸਿੱਟਾ ਇਹ ਨਿਕਲਿਆ ਕਿ ਬਿਹਾਰ ਦੇ ਵਿੱਚ ਅਸੈਂਬਲੀ ਚੋਣਾਂ ਆ ਗਈਆਂ ਜੀ, ਸ਼ਤਰੂਘਨ ਸਿਨਹਾ ਨੇ ਨਿਤੀਸ਼ ਕੁਮਾਰ ਦੇ ਪੱਖ 'ਚ ਬਿਆਨ ਦੇ ਦਿੱਤਾ, ਅਤੇ ਹੁਣ ਤਾਂ ਮੋਦੀ ਸਾਹਿਬ ਅਤੇ ਨਿਤੀਸ਼ ਕੁਮਾਰ ਇਕੱਠੇ ਆ, ਉਦੋਂ ਇਹਨਾਂ ਦਾ ਝਗੜਾ ਚੱਲਦਾ ਸੀ। ਮੋਦੀ ਸਾਹਿਬ ਨੇ ਪਾਰਲੀਮੈਂਟ ਮੈਂਬਰ ਦੇ ਤੌਰ 'ਤੇ ਸ਼ਤਰੂਘਨ ਸਿਨਹਾ ਦਾ ਨਾਂ ਉਸ ਚੋਣ 'ਚ ਸਟਾਰ ਕੰਪੇਨਰਾਂ 'ਚ ਪਾਇਆ, ਸਟਾਰ ਪ੍ਰਚਾਰਕਾਂ 'ਚ, ਪਰ ਇੱਕ ਵੀ ਪ੍ਰੋਗਰਾਮ ਦੇ ਵਿੱਚ ਇਹਨੂੰ ਬੁਲਾਉਣ ਦੀ ਮਨਾਹੀ ਕਰਤੀ ਕਿ ਇਹਨੂੰ ਸੱਦਿਓ ਨਾ, ਬਾਹਰ ਕੱਢ ਦਿਓ, ਉਦੋਂ ਤੋਂ ਪਤਾ ਸੀ। ਫਿਰ ਵੀ ਇਹਨੇ ਕਈ ਵਾਰੀ ਇਹੋ ਜਿਹੇ ਮਿਹਣੇ ਜਿਹੇ ਦਿੱਤੇ ਆ ਕਿ ਸ਼ਾਇਦ ਮੈਨੂੰ ਸੱਦ ਲੈਣਗੇ, ਉਹ ਸੱਦਦੇ ਨਹੀਂ। ਹੁਣ ਸ਼ਤਰੂਘਨ ਸਿਨਹਾ ਜਿਹੜੀਆਂ ਗੱਲਾਂ ਕਹਿੰਦਾ ਉਹ ਗੱਲਾਂ ਸੱਚੀਆਂ ਨੇ, ਪਰ ਕਹਿੰਦਾ ਇਸ ਕਰਕੇ ਨਹੀਂ ਕਿ ਉਹ ਗੱਲਾਂ ਸੱਚੀਆਂ, ਕਹਿੰਦਾ ਇਸ ਕਰਕੇ ਆ ਕਿ ਉਹ ਕਾਹਦੀ ਸਰਕਾਰ ਹੈ ਜਿਹਦੇ 'ਚ ਮੈਂ ਹੈ ਨਹੀਂ। ਉਹ ਸੱਚੀਆਂ ਗੱਲਾਂ, ਜੇ ਅੱਜ ਨਰਿੰਦਰ ਮੋਦੀ ਸੱਦ ਕੇ ਉਹਨੂੰ ਸਰਕਾਰ ਸ਼ਾਮਿਲ ਕਰ ਲਵੇ ਜੀ, ਇੱਕ ਦਿਨ ਬਹਿ ਕੇ ਇਕੱਠੇ ਖਾਣਾ ਹੀ ਖਾ ਲੈਣ, ਅਤੇ ਭਲਕੇ ਉਹ ਮੋਦੀ ਚਾਲੀਸਾ ਪੜੂਗਾ, ਉਹਦੇ ਸੋਹਲੇ ਗਾਊਗਾ। ਹੁਣ ਉਹਨੇ ਕਹਿ ਤਾਂ ਕਹਿੰਦਾ ਸਰਕਾਰ ਕਾਹਦੀ ਆ, ਇਹ ਵਨ ਮੈਨ ਸ਼ੋਅ ਆ, ਆ ਜਿੰਨੇ ਮੰਤਰੀ ਉਹਨਾਂ ਨੂੰ ਪੁੱਛਦਾ ਕੌਣ ਹੈ, ਮੋਦੀ 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 ਹੁੰਦੀ ਆ, ਇਹ ਜੀ ਭਾਜਪਾ, ਕਹਿੰਦਾ ਭਾਜਪਾ ਦੋ, ਉਹ ਦੋ ਫੌਜੀਆਂ ਦੀ ਆਰਮੀ ਆ, ਦੋ ਫੌਜੀ ਕਿਹੜੇ, ਇੱਕ ਨਰਿੰਦਰ ਮੋਦੀ ਅਤੇ ਇੱਕ ਅਮਿਤ ਸ਼ਾਹ, ਜੀ ਬਾਕੀ ਸਾਰੇ ਤਾਂ ਮਗਰ ਇਹਨਾਂ ਦੇ ਤੁਰਨ ਵਾਲੇ ਨੇ, ਦੋ ਫੌਜੀਆਂ ਦੀ ਆਰਮੀ ਆ। ਇਹ ਸਾਰੇ ਬਿਆਨ ਉਹ ਇਸ ਕਰਕੇ ਦੇ ਰਿਹਾ ਕਿਉਂਕਿ ਉਹਨੂੰ ਸਰਕਾਰ ਤੋਂ ਪਾਸੇ ਰੱਖਿਆ ਗਿਆ। ਗੱਲਾਂ ਉਹ ਸੱਚੀਆਂ ਕਹਿੰਦਾ, ਪਰ ਕਹਿੰਦਾ ਇਸ ਕਰਕੇ ਹੈ ਕਿ ਬਾਰਗੇਨਿੰਗ ਪਾਵਰ ਵਧਾਈ ਜਾਵੇ, ਜੇ ਹੋ ਸਕੇ ਕਿਸੇ ਤਰੀਕੇ ਸਮਝੌਤਾ ਕੀਤਾ ਜਾਵੇ, ਹੋਰ ਇਹਦਾ ਕੋਈ ਖਾਸ ਕਾਰਨ ਨਹੀਂ ਗਾ, ਪਰ ਫਿਰ ਮੈਂ ਕਹੂੰਗਾ ਗੱਲਾਂ ਜਿਹੜੀਆਂ ਕਹਿੰਦਾ ਉਹ ਸੱਚੀਆਂ। ਪਰ ਸਰ, ਦਰਸ਼ਕਾਂ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਚੁੱਕਾ ਹੈ। ਸੋ ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ। ਮੈਨੂੰ ਮਨਪ੍ਰਤਿੰਦਰ ਸ਼ਰਮਾ ਨੂੰ ਅਤੇ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ ਐਮਾਜ਼ਾਨ ਫਾਇਰ ਸਟਿਕ ਦੇ ਜ਼ਰੀਏ। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ। ਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।